लगे तीन भाषावां च ए बोर्ड जिन्हां ते साफ साफ लिखिया होया कि हरिमंदर साहिब दी फोटोग्राफी अते वीडियोग्राफी मना है। पर सब तो हैरानी दी गल तां इह है कि इन्हां बोर्डां बारे LGPC दे प्रधान गोबिंद सिंह लौंगोवाल नूं कोई जानकारी नहीं है। मीडिया चैनलां नूं जदों हरिमंदर साहिब दी फोटोग्राफी बैन दी खबर मिली तां दैनिक सवेरा ने भी SGPC प्रधान गोबिंद सिंह लौंगोवाल नाल गलबात कीती तां उन्होंने साफ तौर ते कह दिता कि श्रद्धालुआं लई फोटोग्राफी। लोगोवाल साहब खबर आ रही ने कल तो कि श्रद्धालु ने जेडे परिक्रमा च फोटो खिचांदे सीगे दरबार साहब विखे ओह बैन कर दित्ती गई ने दरबार जी कि ਇਹ ਸੱਚ ਹੈ? ਕੋਈ ਸ਼ਰਧਾਲੂਆਂ ਤੇ ਤਾਂ ਕੋਈ ਬੈਨ ਨਹੀਂ ਹੈਗਾ। ਜਿਹੜੇ ਕੋਈ ਮੂਵੀ ਬਣਾਉਂਦੇ ਨੇ ਜਾਂ ਕੋਈ ਪਿਕਚਰ ਬਣਾਉਂਦੇ ਨੇ ਜਾਂ ਹੋਰ ਉਹਨਾਂ ਦੇ ਵਾਸਤੇ ਕੀਤਾ ਸੀ, ਇੱਕ ਸਬ ਕਮੇਟੀ ਬਣਾਈ ਹੈ। ਆਮ ਸ਼ਰਧਾਲੂ ਹੈ ਉਹ ਤਾਂ ਫੋਟੋ ਲੈ ਸਕਦੇ ਨੇ, ਉਹਨਾਂ ਨੂੰ। ਹੁਣ ਜਿਹੜਾ SGPC ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦਾ ਵੀ ਬਿਆਨ ਸੁਣ ਲਵੋ, ਜਿਨ੍ਹਾਂ ਦਾ ਕਹਿਣਾ ਹੈ ਕਿ ਬੈਨ ਦਰਬਾਰ ਸਾਹਿਬ ਦੀ ਮਾਣ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ SGPC ਵੱਲੋਂ ਲਗਾਇਆ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜੇ ਬੋਰਡ ਲਾਏ ਨੇ ਉਹ ਬੋਰਡ ਇਹੀ ਲਾਏ ਨੇ ਕਿ ਫੋਟੋਗ੍ਰਾਫੀ ਤੇ ਵੀਡੀਓ ਰਹਾਨੀਆਂ ਦੇ ਕੇਂਦਰ ਦੇ ਵਿੱਚ ਮਨਾਵਾਂ। ਉਹਦਾ ਕਾਰਨ ਹੈ ਕਿ ਲੋਕ ਬਹੁਤ ਜ਼ਿਆਦਾ ਗਿਣਤੀ 'ਚ ਸੰਗਤ ਆਉਂਦੀ ਹੈ, ਸੰਗਤ ਦੇ ਵਿੱਚ ਬਹੁਤ ਜ਼ਿਆਦਾ ਲੋਕ ਇਹ ਸਮਝਦੇ ਨੇ ਕਿ ਇਹ ਇੱਕ ਟੂਰਿਸਟ ਪੁਆਇੰਟ ਆ, ਸੈਰਗਾਹ ਵਾ। ਇਹ ਸੈਰਗਾਹ ਨਹੀਂ ਹੈਗੀ, ਇਹ ਰੂਹਾਨੀਅਤ ਦਾ ਕੇਂਦਰ ਆ। ਹੁਣ SGPC ਦੇ ਪ੍ਰਧਾਨ ਤੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਵੱਲੋਂ ਦਿੱਤੇ ਗਏ ਵੱਖ ਵੱਖ ਬਿਆਨਾਂ ਨੇ ਆਮ ਲੋਕਾਂ ਨੂੰ ਵੀ ਦੁਚਿੱਤੀ 'ਚ ਪਾ ਦਿੱਤਾ ਹੈ ਤੇ ਨਾਲ ਹੀ ਕਈ ਸਵਾਲ ਵੀ ਖੜੇ ਕਰ ਦਿੱਤੇ ਨੇ। ਸਭ ਤੋਂ ਪਹਿਲਾ ਸਵਾਲ ਕਿ SGPC ਦੇ ਪ੍ਰਧਾਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ SGPC ਦੇ ਪ੍ਰਧਾਨ ਦੀ ਅਨੁਮਤੀ ਤੋਂ ਬਿਨਾਂ ਬੋਰਡ ਲਗਾਏ ਗਏ ਨੇ, ਤੇ ਜੇਕਰ ਅਜਿਹਾ ਕੁਝ ਹੈ ਤਾਂ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਤੇ ਸਪਸ਼ਟ ਜਾਣਕਾਰੀ ਦੇਣ ਤੋਂ ਕਿਉਂ ਭੱਜ ਰਹੇ ਨੇ? ਫਿਲਹਾਲ ਇਹ ਬੋਰਡ ਤਾਂ ਲਗਾ ਦਿੱਤੇ ਗਏ ਨੇ ਪਰ ਇਹਨਾਂ ਸੰਬੰਧੀ ਕੋਈ ਸਪਸ਼ਟ ਜਾਣਕਾਰੀ ਅਜੇ ਤੱਕ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਹੈ। ਨਿਊਜ਼ ਡੈਸਕ ਤੋਂ ਮਨਪ੍ਰੀਤ ਸਿੰਘ ਕਾਲੋਂ ਦੇ ਨਾਲ ਰਿਮਾਂਜੂ ਗਾਬਾ, ਦੈਨਿਕ ਸਵੇਰਾ TV।